ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਮਨਪ੍ਰੀਤ ਹੈ, ਮੈਂ ਧੂਰੀ ਤੋਂ ਬਿਲੋਂਗ ਕਰਦੀ ਹਾਂ। ਹੈਲੋ ਐਵਰੀਵਨ, ਦਿਸ ਇਜ਼ ਪ੍ਰਮਨ ਕੌਰ ਐਂਡ ਆਈ ਬਿਲੋਂਗ ਫਰੋਮ ਹਰਿਆਣਾ, ਫਤਿਹਾਬਾਦ ਡਿਸਟ੍ਰਿਕਟ। ਐਕਚੁਅਲ 'ਚ ਮੈਂ ਗ੍ਰੈਜੂਏਸ਼ਨ ਦੇ ਵਿੱਚ ਬੀ ਸੀ ਏ ਕੀਤੀ ਹੋਈ ਆ, ਅਤੇ ਉਸ ਤੋਂ ਬਾਅਦ ਮੇਰਾ ਪਲੈਨ ਬਣਿਆ ਕਿ ਮੈਂ ਫੋਰਨ ਸਟੱਡੀ ਕਰਨ ਵਾਸਤੇ ਕੈਨੇਡਾ ਮੂਵ ਹੋਵਾਂ, ਅਤੇ ਫਿਰ ਮੈਂ ਆਈਲਸ ਕੀਤਾ ਅਤੇ ਆਈਲਸ ਦੇ ਵਿੱਚੋਂ ਮੈਂ 6.5 ਸਕੋਰ ਕੀਤਾ ਐਂਡ ਆਈ ਹੈਵ ਜਸਟ ਪਾਸ ਮਾਈ ਕਲਾਸ 12 with 84.6% and I got 6.5 bands in IELTS. ਮੇਰੇ ਇੱਕ ਫਰੈਂਡ ਨੇ ਮੈਨੂੰ ਰੈਕਮੈਂਡ ਕੀਤਾ ਕਿ ਗੋ ਗਲੋਬਲ ਕੰਸਲਟੈਂਟ ਕੋਲ ਜਾਓ। ਐਕਚੁਅਲ 'ਚ ਮੇਰੀ ਪ੍ਰੋਬਲਮ ਸੀਗੀ ਨਾ, ਆਫਟਰ ਪਲੱਸ ਟੂ ਮੇਰਾ ਗੈਪ ਸੀਗਾ, ਅਤੇ ਉਹਨਾਂ ਨੇ ਮੈਨੂੰ ਰੈਕਮੈਂਡ ਕੀਤਾ, ਫਿਰ ਮੈਂ ਚੰਡੀਗੜ੍ਹ ਆਈ। ਫਿਰ ਮੀਨਾਕਸ਼ੀ ਮੈਮ ਨੇ ਮੈਨੂੰ ਕੰਸਲਟ ਕੀਤਾ ਅਤੇ ਉਹਨਾਂ ਨੇ ਮੇਰੀ ਪ੍ਰੋਫਾਈਲ ਚੈੱਕ ਕੀਤੀ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੀ ਪ੍ਰੋਫਾਈਲ ਚੰਗੀ ਹੈ ਅਤੇ ਮਾਰਕਸ ਵੀ ਵਧੀਆ ਨੇ, ਅਤੇ ਗ੍ਰੈਜੂਏਸ਼ਨ ਦੇ ਵਿੱਚ ਵੀ ਵਧੀਆ ਸਕੋਰ ਕੀਤਾ ਸੀਗਾ ਮੈਂ 75 ਸਮਥਿੰਗ। ਫਿਰ ਉਹਨਾਂ ਨੇ ਮੈਨੂੰ ਮਤਲਬ ਐਪਰੀਸ਼ੀਏਟ ਕੀਤਾ ਕਿ ਹਾਂ ਅਸੀਂ ਤੁਹਾਡੀ ਫਾਈਲ ਲੈ ਲਵਾਂਗੇ ਅਤੇ ਤੁਹਾਡਾ ਵੀਜ਼ਾ ਈਜ਼ੀਲੀ ਆ ਸਕਦਾ। ਅਤੇ ਬਸ ਮੀਨਾਕਸ਼ੀ ਮੈਮ ਨੇ ਜਦੋਂ ਮੇਰੀ ਫਾਈਲ ਲਿੱਤੀ ਤਾਂ ਮੈਨੂੰ ਵੀ ਮਤਲਬ ਖੁਸ਼ੀ ਜਿਹੀ ਹੋਈ, ਕਿਉਂਕਿ ਮੈਂ ਪਹਿਲਾਂ ਵੀ ਬਹੁਤ ਸਾਰੇ ਕੰਸਲਟੈਂਟ ਕੋਲ ਜਾ ਚੁੱਕੀ ਸੀਗੀ ਅਤੇ ਉਹਨਾਂ ਨੇ ਡਿਸਕਰੇਜ ਕੀਤਾ ਸੀਗਾ ਕਿ ਤੁਹਾਡਾ ਗੈਪ ਹੈ, ਬਣ ਨਹੀਂ ਸਕਦਾ। ਸੋ ਗੋ ਗਲੋਬਲ ਕੰਸਲਟੈਂਟ ਕੋਲ ਆਈ ਮੈਂ ਅਤੇ ਮੇਰਾ ਵੀਜ਼ਾ, ਅੱਜ ਵੀਜ਼ਾ ਮੇਰੇ ਹੱਥ 'ਚ ਹੈ ਅਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਐਂਡ ਆਈ ਰੀਸੈਂਟਲੀ ਗੋਟ ਮਾਈ ਵੀਜ਼ਾ ਫੋਰ ਕੈਨੇਡਾ ਐਂਡ ਆਈ ਹੈਵ ਅਪਲਾਈਡ ਇਨ ਦ ਨੌਰਥਵੈਸਟ ਕਾਲਜ, ਇਟਸ ਇਨ ਐਡਮੋਂਟਨ ਅਲਬਰਟਾ। And the course which I've chosen is Business Administration General Studies, and I think it's a very good college and I got the best views and ideas to choose my college. I think the teachers, the advisors are very good in this. ਅਤੇ ਮੈਂ ਬਾਕੀ ਸਾਰੇ ਸਟੂਡੈਂਟਸ ਨੂੰ ਰੈਕਮੈਂਡ ਕਰੂੰਗੀ ਕਿ ਜਿਹੜੇ ਵੀ ਜਾਣਾ ਚਾਹੁੰਦੇ ਨੇ ਫਰਦਰ ਆਪਣੀ ਸਟੱਡੀ ਵਾਸਤੇ ਕੈਨੇਡਾ ਔਰ ਆਸਟ੍ਰੇਲੀਆ, ਤਾਂ ਉਹ ਇੱਕ ਵਾਰੀ ਜ਼ਰੂਰ ਗੋ ਗਲੋਬਲ ਕੰਸਲਟੈਂਟ ਕੋਲ ਆਉਣ ਅਤੇ ਆਪਣੀ ਪ੍ਰੋਫਾਈਲ ਵਗੈਰਾ ਦਿਖਾਉਣ। ਹੋ ਸਕਦਾ ਵੀ ਜੇ ਤੁਹਾਡਾ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਇੱਥੇ ਜਾ ਕੇ ਤੁਹਾਡੀ ਸੋਰਟ ਆਊਟ ਹੋ ਜਾਏ। ਥੈਂਕ ਯੂ ਸੋ ਮਚ। ਸੋ ਆਈ ਰਿਕਮੈਂਡ ਆਲ ਯੂ ਆਲ ਜਸਟ ਵੰਸ ਵਿਜ਼ਿਟ ਦਿਸ ਗੋ ਗਲੋਬਲ ਕੰਸਲਟੈਂਟ ਆਫਿਸ। ਯੂ ਕੈਨ ਫੋਲੋ ਦ ਪੇਜ ਔਨ FB, ਇਟਸ ਗੋ ਗਲੋਬਲ ਕੰਸਲਟੈਂਟਸ, ਇਟਸ ਵੈਰੀ ਗੁੱਡ and I think they are the best consultants I ever met and the whole work they did is very good and thank you. Think global education, think go global.